ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਆਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਆਪਣੇ ਮਾਤਾ ਪਿਤਾ ਤੋਂ ਇਹ ਇੱਕ ਚੀਜ਼ ਲੈ ਕੇ ਰੱਖ ਲਵੋ ਘਰ ਬਰਕਤ ਦੇ ਪੰਡਾਰ ਲੱਗ ਜਾਣਗੇ ਉਸ ਤੋਂ ਪਹਿਲਾਂ ਸਾਰਿਆਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਵੀ ਪਵਿੱਤਰ ਕਰੋ ਇੱਕ ਨਗਰ ਤੇ ਵੇchnਾ ਇੱਕ ਬਜ਼ੁਰਗ ਮਾਤਾ ਪਿਤਾ ਤੇ ਉਹਨਾਂ ਦੇ ਚਾਰ ਪੁੱਤਰ ਰਹਿੰਦੇ ਸੀ ਚਾਰੇ ਪੁੱਤਰ ਬੜੇ ਸਮਝਦਾਰ ਅਤੇ ਸੁਲਝੇ ਹੋਏ ਸਨ ਉਹ ਚਾਰੇ ਪੁੱਤਰ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕਰਦੇ ਸਨ ਅਤੇ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਵੀ ਕਰਦੇ ਸਨ ਮਾਪਿ ਉਹ ਵੀ ਚਾਰਾਂ ਪੁੱਤਰਾਂ ਉਤੇ ਜਾਨ ਵਾਰਦੇ ਸੀ ਵੈਸੇ ਤਾਂ ਮਾਪਿ ਉਹਨੂੰ ਸਾਰੇ ਪੁੱਤਰ ਸਾਰੇ ਬੱਚੇ ਬੜੇ ਪਿਆਰੇ ਲੱਗਦੇ ਨੇ ਪਰ ਕੁਝ ਬੱਚੇ ਨਾ ਐਦਾਂ ਦੇ ਹੁੰਦੇ ਨੇ ਜੋ ਕਿ ਆਪਣੇ ਗੁਨਾ ਨਾਲ ਕੁਝ ਜ਼ਿਆਦਾ ਹੀ ਪਿਆਰ ਇਕੱਠਾ ਕਰ ਲੈਂਦੇ ਨੇ ਆਪਾਂ ਦੇਖਦੇ ਵੀ ਆ ਤੇ ਉਹਨਾਂ ਨੂੰ ਮਾਪਿਓ ਦਾ ਪਿਆਰ ਵੀ ਦੂਜਿਆਂ ਬੱਚਿਆਂ ਤੋਂ ਵੱਧ ਮਿਲਦਾ ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਇਹ ਪਰਿਵਾਰ ਦੀ ਤਿੰਨ ਵੱਡੇ ਭਰਾ ਦਾ ਵਿਆਹ ਹੋ ਚੁੱਕਿਆ ਸੀ ਤਿੰਨਾਂ ਦੇ ਅੱਗੇ ਬੱਚੇ ਵੀ ਸਨ ਤਿੰਨੋਂ ਆਪਣੇ ਪਰਿਵਾਰ ਵਿੱਚ ਖੁਸ਼ ਸਨ ਉਹਨਾਂ ਤਿੰਨਾਂ ਤੋਂ ਸਭ ਤੋਂ ਛੋਟਾ ਜੋ ਪ੍ਰਾਸੀ ਉਹ ਜੇ ਕਵਾਰਾ ਸੀ ਉਸ ਨੂੰ ਮਾਪਿਓ ਦੇ ਪਿਆਰ ਬੜਾ ਹੀ ਜ਼ਿਆਦਾ ਕਰਦੇ ਸੀ ਤੇ ਉਹ ਆਪਣੀਆਂ ਕੁਝ ਚੰਗੀਆਂ ਆਦਤਾਂ ਨਾਲ ਮਾਪਿਓ ਦੇ ਨਾਲ-ਨਾਲ ਦੂਜਿਆਂ ਤੋਂ ਵੀ ਬਹੁਤ ਪਿਆਰ ਲੈਂਦਾ ਸੀ ਉਹ ਇੱਕ ਬੜਾ ਹੀ ਖੁਸ਼ਦਿਲ ਇਨਸਾਨ ਸੀ ਵੱਡੇ ਭਰਾਵਾਂ ਦੇ ਬੱਚੇ ਉਸ ਨਾਲ ਬਹੁਤ ਖੁਸ਼ ਰਹਿੰਦੇ ਸੀ ਕਿਉਂਕਿ ਉਹ ਹਰ ਇੱਕ ਦਾ ਆਦਰ ਸਤਕਾਰ ਕਰਨਾ ਚਾਹੁੰਦਾ ਸੀ ਪਰ ਇਨਾਂ ਚਾਰਾ ਭਰਾਵਾਂ ਦੀ ਜਿਹੜੀ ਮਾਂ ਸੀ ਨਾ ਉਹਨੂੰ ਦਿਲ ਦੀ ਕੋਈ ਬਿਮਾਰੀ ਸੀ ਇਸ ਕਰਕੇ ਉਹ ਜ਼ਿਆਦਾਤਰ ਬਿਮਾਰ ਹੀ ਰਹਿੰਦੇ ਸੀ ਮਾਂ ਦੀ ਇਸ ਬਿਮਾਰੀ ਕਰਕੇ ਉਹ ਚਾਹੁੰਦੀ ਸੀ ਵੀ ਉਸ ਦਾ ਜਿਹੜਾ ਪੁੱਤਰ ਹੈ ਨਾ ਉਹ ਦੂਜਿਆਂ ਵਾਂਗ ਆਪਣੇ ਪਰਿਵਾਰ ਵਿੱਚ ਰੁੱਝ ਜਾਵੇ ਤੇ ਖੁਸ਼ ਰਹੇ ਤਾਂ ਕਿ ਉਸਦੀ ਚਿੰਤਾ ਮੁੱਕ ਜਾਵੇ ਉਹ ਚਾਹੁੰਦੀ ਸੀ ਕਿ ਉਹ ਵੀ ਜਲਦੀ ਵਿਆਹ ਕਰਾ ਲਵੇ ਮਾਂ ਦੀ ਇੱਛਾ ਨੂੰ ਪੁੱਤਰ ਨੇ ਵੀ ਸਿਰ ਮੱਥੇ ਪਰਵਾਨ ਕੀਤਾ ਤੇ ਵਿਆਹ ਹੀ ਹਾਂ ਕਰ ਦਿੱਤੀ ਵਿਆਹ ਦੇ ਦਿਨ ਨੇੜੇ ਆ ਰਿਹਾ ਸੀ ਤੇ ਉਧਰੋਂ ਮਾਂ ਦੀ ਹਾਲਤ ਦਿਨ-ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ ਆਖਿਰ ਵਿਆਹ ਵਾਲਾ ਦਿਨ ਆ ਗਿਆ ਉਧਰੋਂ ਬਰਾਤ ਜਾਣ ਵਾਲੀ ਸੀ ਤੇ ਇੱਧਰ ਉਹਨਾਂ ਦੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਉਹ ਵੀ ਬਰਾਤ ਛੱਡ ਕੇ ਮਾਂ ਦੇ ਨਾਲ ਹਸਪਤਾਲ ਪਹੁੰਚ ਗਿਆ ਜਦੋਂ ਮਾਂ ਨੂੰ ਹੋਸ਼ ਆਈ ਨਾ ਤੇ ਮਾਂ ਨੇ ਕਿਹਾ ਪੁੱਤ ਤੂੰ ਜਾ ਬਰਾਤ ਪਹਿਲਾਂ ਹੀ ਬੜੀ ਲੇਟ ਹੋ ਗਈ ਪਰ ਉਹ ਨਹੀਂ ਮੰਨਿਆ ਕਹਿੰਦਾ ਮਾਂ ਜੇ ਤੂੰ ਵਿਆਹ ਵਿੱਚ ਜਾਣਾ ਹੀ ਨਹੀਂ ਸ਼ਾਮਿਲ ਨਹੀਂ ਹੋਵੇਂਗੀ ਤਾਂ ਮੈਂ ਵਿਆਹ ਨਹੀਂ ਕਰੂਣਾ ਇਹ ਸੁਣ ਕੇ ਮਾਂ ਨੇ ਉੱਪਰ ਵੱਲ ਨੂੰ ਮੂੰਹ ਕੀਤਾ ਹੱਥ ਜੋੜ ਕੇ ਆਖਣ ਲੱਗੀ ਹੈ ਪਾਸ਼ਾ ਹੈ ਵੈਗਰੂ ਮੇਰੇ ਪੁੱਤਰ ਨੂੰ ਨਾ ਕਿਸੇ ਦਾ ਮਹਤਾਜ ਨਾ ਬਣਾਈ ਮੇਰੇ ਪੁੱਤਰ ਨੂੰ ਇੰਨੀ ਇੱਜ਼ਤ ਦੇਵੀ ਕਿ ਸਮੇਂ ਦਾ ਰਾਜਾ ਵੀ ਮੇਰੇ ਪੁੱਤਰ ਨੂੰ ਆਕੇ ਫਤਿਹ ਬੁਲਾਵੇ ਨਾਲ ਹੀ ਪੁੱਤਰ ਬੋਲਿਆ ਤੇ ਕਹਿਣ ਲੱਗਾ ਮਾਂ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਇੰਨੀ ਅਰਦਾਸ ਕਰੋ ਰੱਬ ਤੁਹਾਡਾ ਪਰਛਾਵਾਂ ਐਦਾਂ ਹੀ ਮੇਰੇ ਸਿਰ ਤੇ ਬਣਾਈ ਰੱਖੇ ਮਾਂ ਨੇ ਜਵਾਬ ਦਿੱਤਾ ਪੁੱਤਰ ਰੱਬ ਨੇ ਜਿੰਨੇ ਸਵਾਸ ਲਿਖੇ ਨੇ ਓਨੇ ਹੀ ਤਾਂ ਭੋਗਣੇ ਨੇ ਰੱਬ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਪੁੱਤਰ ਬੋਲਿਆ ਨਹੀਂ ਮਾਂ ਰੱਬ ਮੇਰੀ ਉਮਰ ਵੀ ਤੁਹਾਨੂੰ ਲਾਤ ਦੇ ਇੰਨਾ ਕਹਿ ਕੇ ਪੁੱਤਰ ਅੱਖਾਂ ਪਰ ਕੇ ਕਮਰੇ ਵਿੱਚੋਂ ਬਾਹਰ ਨੂੰ ਜਾ ਗਿਆ ਡਾਕਟਰ ਨੇ ਕਿਹਾ ਇੰਨਾ ਦੀ ਹਾਲਤ ਕੁਝ ਠੀਕ ਹੈ ਜਿੱਥੇ ਬਾਰਾਤ ਸਵੇਰ ਨੂੰ ਜਾਣੀ ਸੀ ਸ਼ਾਮ ਦੇ ਵਕਤ ਕਿ ਹੁਣ ਸਭ ਲੋਕ ਬੜੇ ਖੁਸ਼ ਸ ਵਿਆਹ ਬੜੇ ਸੋਹਣੇ ਟਾਂਗ ਨਾਲ ਹੋ ਗਿਆ ਵਿਆਹ ਨੂੰ ਹਜੇ ਕੋਜੀ ਦਿਨ ਹੋਏ ਸ ਕਿ ਉਹਦੀ ਮਾਂ ਦੀ ਤਬੀਅਤ ਫੇਰ ਖਰਾਬ ਹੋ ਗਈ ਹਸਪਤਾਲ ਲੈ ਕੇ ਚਾਇਆ ਗਿਆ ਹਸਪਤਾਲ ਜਾਂਦੇ ਜਾਂਦੇ ਜਦੋਂ ਪਹੁੰਚੇ ਤੇ ਉੱਥੇ ਆਕਾਰ ਚਲਾਨੇ ਕਰ ਗਏ ਚਾਰੇ ਪੁੱਤਰ ਬੜੇ ਦੁਖੀ ਹੋਏ ਪਰ ਸਭ ਤੋਂ ਛੋਟੇ ਪੋਤ ਨੂੰ ਕੁਝ ਜ਼ਿਆਦਾ ਦੁੱਖ ਲੱਗਾ ਮਾਂ ਦੇ ਜਾਣ ਤੋਂ ਬਾਅਦ ਉਹ ਉਦਾਸ ਸਿਆ ਰਹਿਣ ਲੱਗਾ ਪਰ ਉਹਨੇ ਆਪਣੇ ਪਿਓ ਨੂੰ ਕਦੀ ਵੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹਨੇ ਆਪਣੀ ਪਤਨੀ ਨੂੰ ਵੀ ਕਿਹਾ ਮੈਨੂੰ ਪੁੱਛੀ ਭਾਵੇਂ ਨਾ ਪੁੱਛੀ ਮੈਨੂੰ ਖਾਣਾ ਦੇਵੀਂ ਭਾਵੇਂ ਨਾ ਦੇਵੇਂ ਫਿਰ ਮੇਰੇ ਪਾਪੂ ਨੂੰ ਹਰ ਜ਼ਰੂਰਤ ਉਹਨਾਂ ਦੀ ਪੂਰੀ ਕਰੀ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਹੋਣੀ ਚਾਹੀਦੀ ਹਰ ਚੀਜ਼ ਉਹਨਾਂ ਨੂੰ ਸਮੇਂ ਤੇ ਦੇਵੇਂ। ਉਹਦੀ ਪਤਨੀ ਬਹੁਤ ਚੰਗੇ ਸਬਾਦੀ ਸੀ। ਉਹ ਵੀ ਛੇਤੀ ਪਰਿਵਾਰ ਨਾਲ ਕੁਲ ਮਿਲ ਗਈ ਸੀ ਅਤੇ ਸਭ ਦਾ ਬੜਾ ਖਿਆਲ ਰੱਖਦੀ ਸੀ। ਉਹਦੇ ਵੱਡੇ ਭਰਾ ਵੀ ਪਿਤਾ ਕੋਲ ਬੈਠਦੇ ਗੱਲਾਂ ਬਾਤਾਂ ਕਰਦੇ ਰਹਿੰਦੇ। ਹੁਣ ਜਿਵੇਂ ਜਿਵੇਂ ਵੀ ਉਹਨਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਨਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਬੱਚੇ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਗਈਆਂ। ਉਹ ਆਪਣੇ ਪਿਤਾ ਜੀ ਨੂੰ ਸਾਰੇ ਜਿੰਨਾ ਜ਼ਿਆਦਾ ਸਮਾਂ ਨਹੀਂ ਦੇ ਪਾਈ। ਆਪਣੀ ਪਤਨੀਆਂ ਦੇ ਬੱਚਿਆਂ ਵਿੱਚ ਉਹ ਵਿਅਸਤ ਰਹਿਣ ਲੱਗ ਗਏ। ਉਹਨਾਂ ਦੀਆਂ ਜ਼ਰੂਰਤਾਂ ਮਸਾਂ ਪੂਰੀਆਂ ਕਰਦੇ ਸਨ ਉਹਨਾਂ ਨੂੰ ਹੁਣ ਜੇ ਘਰ ਵੀ ਨਾ ਛੋਟਾ ਛੋਟਾ ਲੱਗਣ ਲੱਗ ਗਿਆ ਹੁਣ ਇੱਥੇ ਰਹਿ ਕੇ ਖੁਸ਼ ਵੀ ਨਹੀਂ ਸਨ ਪਰ ਜਿਹੜੀਆਂ ਤਨਖਾਹਾਂ ਸਨ ਉਹ ਇੰਨੀਆਂ ਨਹੀਂ ਸਨ ਵੀ ਬਾਹਰ ਆਪਣਾ ਆਪਣਾ ਮਕਾਨ ਲੈ ਸਕਣ ਆਪਣਾ ਆਪਣਾ ਘਰ ਲੈ ਸਕਣ ਵੱਡੇ ਭਰਾਵਾਂ ਨੇ ਹੁਣ ਪਿਤਾ ਜੀ ਤੋਂ ਆਪਣਾ ਆਪਣਾ ਹਿੱਸਾ ਮੰਗਣਾ ਸ਼ੁਰੂ ਕਰਤਾ ਵੀ ਮੇਰਾ ਜੋ ਹਿੱਸਾ ਬਣਦਾ ਹੈ ਨਾ ਉਹ ਤੁਸੀਂ ਮੈਨੂੰ ਦੇ ਦਿਓ ਛੋਟੇ ਭਰਾ ਨੇ ਸੋਚਿਆ ਵਿੱਚ ਇਹ ਘਰ ਦੇ ਹਿੱਸੇ ਹੋ ਗਏ ਤੇ ਪਿਤਾ ਜੀ ਦਾ ਫਿਰ ਕੀ ਹੋਵੇਗਾ ਉਹ ਕਹਿੰਦੇ ਇੱਕ ਫੈਸਲਾ ਲਿਆ ਕਿਨ ਜਿਹੜਾ ਆਪਣੇ ਪਿਤਾ ਜੀ ਨੂੰ ਨਾਲ ਰੱਖੇਗਾ ਨਾ ਉਹਨੂੰ ਘਰ ਚੋਂ ਕੋਈ ਹਿੱਸਾ ਨਹੀਂ ਮਿਲੇਗਾ ਨਾ ਜਾਇਦਾਦ ਚੋਂ ਹਿੱਸਾ ਮਿਲੇਗਾ ਉਹ ਚਾਹੁੰਦਾ ਸੀ ਕਿ ਪਿਤਾ ਜੀ ਉਸਦੇ ਨਾਲ ਘਰ ਦੇ ਤਿੰਨ ਹਿੱਸੇ ਹੋਗੇ ਛੋਟਾ ਭਰਾ ਪਿਤਾ ਜੀ ਦੇ ਨਾਲ ਤੇ ਉਹ ਬਾਹਰ ਕਿਰਾਏ ਤੇ ਘਰ ਲੈ ਕੇ ਤੇ ਰਹਿਣ ਲੱਗਾ ਪਿਤਾ ਜੀ ਨੇ ਇੱਕ ਦਿਨ ਉਸ ਕੋਲ ਪੁੱਛਿਆ ਵੀ ਪੁੱਤਰਾ ਤੂੰ ਹਿੱਸਾ ਕਿਉਂ ਨਹੀਂ ਲਿਆ ਵੀ ਤੇਰਾ ਤਾਂ ਬੰਦਾ ਸੀ ਉਹ ਕਹਿਣ ਲੱਗਾ ਪਿਤਾ ਜੀ ਮੇਰੀ ਤਾਂ ਦੌਲਤ ਤੁਸੀਂ ਜੇ ਤੁਸੀਂ ਮੇਰੇ ਨਾਲ ਹੋ ਤਾਂ ਘਰ ਅਤੇ ਪੈਸੇ ਆਪਣੇ ਆਪ ਮਿਲ ਜਾਣਗੇ ਜੇ ਤੁਸੀਂ ਮੇਰੇ ਨਾਲ ਨਹੀਂ ਤਾਂ ਮੈਂ ਤਾਂ ਅੰਦਲਤਾ ਕਰਨਾ ਵੀ ਕੀ ਕੁਝ ਸਮਾਂ ਬੀਤੇ ਕਿ ਉਹਦੇ ਪਿਤਾ ਜੀ ਵੀ ਆ ਕਾਲਸਲਾ ਨੇ ਕਰ ਜਾਂਦੇ ਉਹ ਰੱਬ ਨੂੰ ਪਿਆਰੇ ਹੋ ਜਾਂਦੇ ਜਦੋਂ ਗੁਜਰਤ ਕੇ ਸੀ ਉਸ ਤੋਂ ਬਾਅਦ ਉਹਨੂੰ ਬੜਾ ਜ਼ਿਆਦਾ ਦੁੱਖ ਲਗਾ ਜਿਹੜੇ ਵੱਡੇ ਭਰਾ ਸਨ ਨਾ ਉਹਨੂੰ ਮਿਲਣਾ ਵੀ ਛੱਡ ਦਿੱਤਾ ਕਿ ਹੁਣ ਕਿਤੇ ਆ ਕੇ ਆਪਣਾ ਹਿੱਸਾ ਨਾ ਮੰਗ ਲਵੇ ਜਾਂ ਕੋਈ ਮਦਦ ਨਾ ਮੰਗ ਲਵੇ ਪਿਤਾ ਨੂੰ ਗੁਜਰੇ ਕੁਝ ਦਿਨ ਹੋਏ ਸਨ ਕਿ ਇੱਕ ਦਿਨ ਉਹਨੂੰ ਸੁੱਤੇ ਹੋਏ ਸੁਪਨੇ ਦੇ ਵਿੱਚ ਇੱਕ ਬਜ਼ੁਰਗ ਚਿੱਟਾ ਚੋਲਾ ਪਾ ਕੇ ਉਹਦੇ ਸੁਪਨੇ ਦੇ ਵਿੱਚ ਆਉਂਦੇ ਕੀ ਹਾ ਪੁੱਤ ਤੇਰੇ ਘਰ ਦੇ ਪਿਛਲੇ ਪਾਸੇ ਇੱਕ ਪਿੱਪਲ ਦਾ ਰੁੱਖ ਆ ਉਸ ਰੁੱਖ ਦੇ ਥੱਲੇ ਤੂੰ ਜ਼ਮੀਨ ਥੋੜੀ ਜੀ ਥੱਲੇ ਪੁੱਟੀ ਉਹਦੇ ਥੱਲੇ ਤੈਨੂੰ ਇੱਕ ਥੈਲਾ ਇੱਕ ਝੋਲਾ ਲੱਭੇਗਾ ਉਹ ਸੋਨੇ ਦਾ ਭਰਿਆ ਉਹਨੂੰ ਕੱਢ ਲੈ ਤੇ ਉਹ ਸਿਰਫ ਤੇਰੇ ਲਈ ਹੈ ਉਹ ਸੁਪਨੇ ਵਿੱਚ ਇਹ ਗੋ ਸਵਾਲ ਕਰਦਾ ਕਿੰਦਾ ਬਾਬਾ ਜੀ ਉਹ ਮੇਰੇ ਲਈ ਹੈ ਤਾਂ ਠੀਕ ਹੈ ਪਰ ਇਹ ਗੱਲ ਦੱਸੋ ਉਹਦੇ ਵਿੱਚ ਬਰਕਤ ਹੈ ਉਹਦੇ ਨਾਲ ਬਰਕਤ ਪਵੇ ਕੀ ਕਰ ਅਗੋ ਜਵਾਬ ਹੁੰਦਾ ਹੈ ਉਹ ਚਿੱਟੇ ਚੋਲੇ ਵਾਲਾ ਬਾਬਾ ਕਹਿੰਦਾ ਵੀ ਬਰਕਤ ਪਵੇ ਐ ਨਾ ਪਵੇ ਇਹ ਨਾਲ ਤੈਨੂੰ ਕੀ ਫਰਕ ਪੈਂਦਾ ਹੈ ਵੀ ਤੂੰ ਉਹ ਕੱਢ ਕੇ ਤੇ ਆਪਣਾ ਵਰਤ ਲੈ ਤੂੰ ਬਸ ਕੱਢ ਲੈ ਤੇ ਐਸ਼ ਕਰ ਅਗੋ ਕਹਿਣ ਲੱਗਾ ਬਾਬਾ ਜੀ ਜੇ ਮੇਰੇ ਲਈ ਠੀਕ ਨਹੀਂ ਉਹ ਚ ਬਰਕਤ ਹੀ ਨਹੀਂ ਤੇ ਮੈਂ ਕੱਢਾਂਗਾ ਕਿਉਂ ਇੰਨਾ ਕਹਿਣ ਤੋਂ ਬਾਅਦ ਉਹਦੀ ਇੱਕੋ ਦਮ ਅੱਖ ਖੁੱਲੀ ਕੁਝ ਦਿਨਾਂ ਬਾਅਦ ਸੁਪਨੇ ਵਿੱਚ ਫੇਰ ਉਹੀ ਬਜ਼ੁਰਗ ਬਾਬਾ ਹੁੰਦਾ ਕਿਂਦਾ ਪੁੱਤ ਸੋਨਾ ਕੱਢ ਲੈ ਉਹ ਫਿਰ ਪੁੱਛਦਾ ਵੀ ਉਹ ਮੇਰੇ ਲਈ ਉਹ ਚ ਬਰਕਤ ਹੈ ਉਹ ਕਹਿੰਦੇ ਬੀ ਆ ਕੀ ਮੇ ਦਾ ਅਜੀਬੰਦਾ ਇੱਥੇ ਲੋਕ ਪੈਸੇ ਪਿੱਛੇ ਕੁਝ ਵੀ ਕਰ ਦਿੰਦੇ ਨੇ ਮਾੜਾ ਤੋਂ ਮਾੜਾ ਸੋਚਦੇ ਨੇ ਮਾੜਾ ਤੋਂ ਮਾੜਾ ਕਰਨ ਨੂੰ ਫਿਰਦੇ ਨੇ ਇਹ ਬਾਰ ਬਾਰ ਇੱਕ ਹੀ ਸਵਾਲ ਪੁੱਛੀ ਜਾ ਰਿਹਾ ਸੋਨਾ ਮੇਰੇ ਲਈ ਠੀਕ ਹੈ ਉਹ ਸੋਨਾ ਮੇਰੇ ਲਈ ਠੀਕ ਹੈ ਬਾਬਾ ਜੀ ਸੋਨਾ ਮੇਰੇ ਲਈ ਠੀਕ ਹੈ ਵੀ ਇੱਕੋ ਹੀ ਰਟਲਾਈਏ ਕਹਿੰਦਾ ਵੀ ਜੇ ਤੇ ਮੇਰੇ ਲਈ ਬਰਕਤ ਹੈ ਉਹਦੇ ਚ ਜੇ ਉਹ ਮੇਰੇ ਲਈ ਠੀਕ ਹੈ ਮੈਂ ਜ਼ਰੂਰ ਲਵਾਗਾ ਜੇ ਬਰਕਤ ਨਹੀਂ ਤੇ ਮੇਰਾ ਨਹੀਂ ਫਿਰ ਮੈਂ ਨਹੀਂ ਲਵਾਗਾ ਉਹ ਬਜ਼ੁਰਗ ਬਾਬਾ ਕਹਿੰਦੇ ਚਲ ਤੂੰ ਜੇ ਇਹ ਨੀਨਾ ਲੈਣਾ ਹੈਗਾ ਵੀ ਇਹ ਤੂੰ ਥੈਲਾ ਨਹੀਂ ਲੈਣਾ ਝੋਲਾ ਨਹੀਂ ਲੈਣਾ ਹੈਗਾ ਇਹ ਗੱਲ ਕਰ ਮੇਰੀ ਗੱਲ ਸੁਣ ਨਾ ਨੀਨਾ ਇੱਕ ਆਂਬ ਦਾ ਰੋਖਾ ਉਹਦੇ ਥੱਲੇ ਤੇ ਨਾ ਸਿਰਫ ਇੱਕ ਛੋਟੀ ਜੀ ਪੋਟਲੀ ਲੱਭੇਗੀ ਉਹਨੂੰ ਬਾਹਰ ਕੱਢ ਲੈ ਉਹ ਕਹਿਣ ਲੱਗਾ ਬਾਬਾ ਜੀ ਉਹ ਪੋਟਲੀ ਮੇਰੇ ਲਈ ਠੀਕ ਹੈ ਉਹ ਚ ਬਰਕਤ ਹੈ ਬਾਬਾ ਜੀ ਕਹਿਣ ਲੱਗੇ ਉਹ ਪੋਟਲੀ ਤੇਰੇ ਲਈ ਹੈ ਤੇ ਉਹਦੇ ਚ ਬਰਕਤ ਵੀ ਉਹ ਅਗਲੇ ਦਿਨ ਉੱਥੇ ਜਿਹੜਾ ਆਂਬ ਦਾ ਰੁੱਖ ਦੱਸਦੇ ਨੇ ਥੱਲੇ ਜਾਂਦਾ ਹੈ ਖੁਦਾਈ ਕਰਦਾ ਹੈ ਉਹਨੂੰ ਨਾ ਉੱਥੋਂ ਉਹ ਹੀ ਪੋਟਲੀ ਮਿਲ ਜਾਂਦੀ ਜਿਸ ਵਿੱਚ ਕੁਝ ਨਾ ਥੋੜੇ ਜਿਹੀ ਮੋਤੀ ਸਨ ਉਹਨਾਂ ਵਿੱਚੋਂ ਇੱਕ ਮੋਤੀ ਲੈ ਕੇ ਤੇ ਸੁਨਿਆਰੇ ਦੇ ਕੋਲ ਜਾਂਦਾ ਹੈ ਸੁਨਿਆਰਾ ਮੋਤੀ ਨੂੰ ਦੇਖ ਕੇ ਬੜਾ ਹੈਰਾਨ ਹੁੰਦਾ ਉਹਨੂੰ ਪੁੱਛਦਾ ਹੈ ਕਿ ਤੈਨੂੰ ਇਹ ਮੋਤੀ ਕਿੱਥੋਂ ਮਿਲਿਆ ਉਹ ਸੁਨਿਆਰੇ ਦੀ ਗੱਲ ਉਹਨੂੰ ਸੁਣ ਕੇ ਹੈਰਾਨ ਹੋ ਜਾਂਦਾ ਪੁੱਛਦਾ ਹੈ ਕਿ ਐਸਾ ਕੀ ਖਾਸ ਹੈ ਇਸ ਮੋਤੀ ਦੇ ਸੁਨਿਆਰਾ ਦੱਸਦਾ ਹੈ ਕਿ ਮੋਤੀ ਦੀ ਕੀਮਤ ਜੇੜੀ ਇਹ ਨਾ ਵੀ ਆਪਣੇ ਪੂਰੇ ਨਗਰ ਦਾ ਕੋਈ ਸੁਨਿਆਰਾ ਨਹੀਂ ਦੇ ਸਕਦਾ ਇਹਦੀ ਤਾਂ ਜਿਹ ਜੇ ਕਹ ਲੀਏ ਵੀ ਅਰਬਾਂ ਵਿੱਚ ਹੈ ਉਹ ਸੁਣ ਕੇ ਬਹੁਤ ਹੈਰਾਨ ਹੋ ਜਾਂਦਾ ਮੋਤੀ ਨੂੰ ਲੈ ਕੇ ਘਰ ਵਾਪਸ ਆ ਜਾਂਦਾ ਹੁਣ ਸੋਚ ਵਿੱਚ ਕਹਿੰਦਾ ਹੈ ਮੋਤੀ ਵੇਚ ਕੇ ਇੰਨਾ ਵੱਡਾ ਉਹ ਕਹਿੰਦਾ ਵੀ ਤੂੰ ਰਾਜੇ ਦੇ ਕੋਲ ਚਲਾ ਜਾ ਵੀ ਇਹਦੀ ਕੀਮਤ ਉਹ ਹੀ ਅਦਾ ਕਰ ਸਕਦਾ ਰਾਜੇ ਦੇ ਕੋਲ ਜਾਂਦਾ ਰਾਜੇ ਨੂੰ ਜਦ ਦਿੱਤਾ ਉਹਨੇ ਉਹਦੀ ਬੰਦ ਦੀ ਸਰਦੀ ਕਹਿੰਦਾ ਮੈਂ ਪੂਰੀ ਰਸ਼ਤ ਨਹੀਂ ਦੇ ਸਕਦਾ ਇੰਨੇ ਬੇਸ਼ਕੀਮਤੀ ਇੱਕ ਮੋਤੀ ਦੀ ਪਰ ਜੋ ਤੂੰ ਚਾਹੇ ਉਹ ਲੈ ਕੇ ਜਾ ਸਕਦਾ ਉਹਨੇ ਤਾਂ ਤੰਦਰਾਸ਼ੀ ਇਕੱਠੀ ਕੀਤੀ ਉਹ ਮੋਤੀ ਵੇਚ ਕੇ ਇੱਕ ਬੜਾ ਸੁਨਾ ਆਲੀਸ਼ਾਨ ਘਰ ਬਣਾਇਆ ਇੱਕ ਪਾਸੇ ਗਰੀਬ ਬੱਚੇ ਤੇ ਬਜ਼ੁਰਗਾਂ ਦੇ ਜਿਹੜੇ ਬਾਬੇ ਸਨ ਉਹਨਾਂ ਨੇ ਇੱਕ ਆਸ਼ਰਮ ਬਣਾਇਆ ਕਿਉਂਕਿ ਕਾਫੀ ਸਮਾਂ ਲੰਘ ਗਿਆ ਸੀ ਇੱਕ ਵਾਰ ਫਿਰ ਉਹ ਜਿਹੜਾ ਬਜ਼ੁਰਗ ਬਾਬਾ ਉਹਨਾਂ ਦੇ ਸੁਪਨੇ ਵਿੱਚ ਆਇਆ ਕਹਿਣ ਲੱਗਾ ਤੂੰ ਬਹੁਤ ਹੀ ਨੇਕ ਇਨਸਾਨ ਹੈ ਇਹ ਜੋ ਸੁੱਖ ਸ਼ਾਂਤੀ ਐਸ਼ੋ ਰਾਮ ਤੁਹਾਨੂੰ ਸਭ ਕੁਝ ਮਿਲਿਆ ਹੈ ਨਾ ਇਹ ਸਭ ਤੇਰੀ ਮਾਂ ਦੀ ਅਸੀਸਾਂ ਦੇ ਕਾਰਨ ਮਿਲਿਆ ਤੇਰੀ ਮਾਂ ਪਿਓ ਦੀ ਸੇਵਾ ਦਾ ਫਾਲੇ ਜੋ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਆਪਣੇ ਮਾਪਿਓ ਤੋਂ ਸਿਰਫ ਇਹ ਹੀ ਚੀਜ਼ ਮੰਗਦਾ ਕਿ ਮੈਨੂੰ ਤੁਹਾਡੀ ਸੇਵਾ ਕਰਨ ਦਿਵੋ ਕਹਿੰਦੇ ਉਹਨੂੰ ਕਿਸੇ ਤੀਰਥਾਂ ਦੇ ਜਾਣ ਦੀ ਲੋੜ ਨਹੀਂ ਪੈਂਦੀ ਉਹਨੂੰ ਘਾਰ ਹੀ ਰੱਬ ਮਿਲ ਜਾਂਦਾ ਤੇ ਮਾਪਿਓ ਦੀ ਅਸੀਸ ਬੰਦੇ ਨੂੰ ਤਾਰ ਦਿੰਦੀ ਉਹਦੇ ਸਾਰੇ ਦੁੱਖ ਦਿਲਦਰ ਦੂਰ ਕਰ ਦਿੰਦੀ ਉਹਦੇ ਜਨਮਾਂ ਜਨਮਾਂ ਦੀ ਗਰੀਬੀ ਦੂਰ ਕਰ ਦਿੰਦੀ ਉਹਦੇ ਘਰ ਸੁੱਖ ਸ਼ਾਂਤੀ ਸਮਰiddhi ਆ ਜਾਂਦੀ ਉਹਦੇ ਬਾਗਾਂ ਵਿੱਚ ਜੋ ਚੀਜ਼ ਨਹੀਂ ਉਹ ਵੀ ਆ ਜਾਂਦੀ ਸਿਰਫ ਆਪਣੇ ਮਾਪਿਓ ਤੋਂ ਇੱਕ ਚੀਜ਼ ਮੰਗ ਲਵੋ ਕਾਰ ਤੁਹਾਡੇ ਰੌਣਕਾਂ ਬਰਕਤ ਰਿੱਧੀਆਂ ਸਿੱਧੀਆਂ ਸਮਰਿੱਧੀਆਂ ਆਪ ਆ ਜਾਣਗੀਆਂ